ਹੈਲੋ, ਮੇਰਾ ਨਾਮ ਚੌਧਰੀ ਰਜਿੰਦਰ ਨਿੱਜਰ ਹੈਗਾ ਤੇ ਮੈਂ ਕੰਬੋਰੀ ਨਿੱਜਰਾਂ ਦਾ ਜੱਟ ਹੈਗਾ। ਜਿੰਨਾ ਚਿਰ ਤੁਸੀਂ ਆਪਣੇ ਕੱਚੇ ਪਿਓ ਦੇ ਨਹੀਂ ਬੰਨਦੇ, ਪੱਕੇ ਪਿਓ ਦੀ ਸੁਰਤ ਨਹੀਂ ਆਏਗੀ। ਜਿਹੜਾ ਬਾਣੀ ਹੈਗੀ ਹੈ ਪੱਕੇ ਪਿਓ ਦੀ ਹੈਗੀ, ਪੱਕੀ ਬਾਣੀ ਪੱਕੇ ਪਿਓ ਦੀ, ਤੇ ਉਹਦੀ ਬਾਣੀ ਉਹੀ ਦਿੰਦਾ ਹੈਗਾ ਆਪਣੀ ਰਜ਼ਾ ਨਾਲ, ਆਪਣੀ ਨਦਰ ਨਾਲ, ਗ੍ਰੇਸ ਵੱਲ ਰਾਮ ਜੀਓ, ਜੇ ਉਹਦੀ ਨਜ਼ਰ ਹੋਵੇ ਤਦ ਹੈਗਾ। ਤੇ ਇਹ ਆਪਣਾ ਜਿਹੜਾ ਹੈਗਾ ਸੱਚਾ ਪਿਓ ਜਿਹੜਾ ਹੈਗਾ ਆਪਣਾ, ਇਹ ਹੈਗਾ ਰਾਮ ਹੈਗਾ, ਰਾਮ ਰਾਮ ਜਿਹੜਾ ਅੰਦਰ ਰਮ ਰਿਹਾ ਹੈਗਾ। ਤੇ ਉਹਦੇ ਵੱਲ ਰਾਮ ਜੀਓ, ਯਾਨੀ ਕਿ ਉਹਦੀ ਜੇ ਮਰਜ਼ੀ ਹੋਵੇ ਤਾਂ ਤਦ ਆਦਮੀ ਨੂੰ ਮਿਲਦਾ ਹੈਗਾ ਇਹੋ ਨਾਮ। ਤੇ ਇੱਥੇ ਮੈਂ ਕਰ ਰਿਹਾ ਹੈਗਾ, ਅੱਜ ਕੱਲ੍ਹ ਚਰਚ 'ਚ ਨਾ ਕ੍ਰਿਸਮਸ ਦੇ ਟਾਈਮ 'ਤੇ, ਇਹ ਆਪਣੇ ਪਹਿਲਾਂ ਜਿਹੜਾ ਸਤਿਗੁਰੂ ਦੁਨੀਆਂ 'ਚ ਆਇਆ ਸੀ ਉਹ ਜੀਜ਼ਸ ਸੀਗਾ। ਜੀਜ਼ਸ ਕ੍ਰਾਈਸਟ ਟਾਈਟਲ ਹੈਗਾ, ਕ੍ਰਾਈਸਟ ਨੂੰ ਸਤਿਗੁਰੂ ਕਹੀਦਾ ਹੈਗਾ। ਕ੍ਰਾਈਸਟ ਉਹਦਾ ਨਾਂ ਨਹੀਂ ਸੀਗਾ, ਉਹਦਾ ਟਾਈਟਲ ਸੀਗਾ। ਜਿੱਦਾਂ ਹੁੰਦਾ ਪ੍ਰੋਫੈਸਰ ਯੂਨੀਵਰਸਿਟੀ ਦਾ ਅਤੇ ਡਾਕਟਰ ਹੁੰਦਾ, ਟਾਈਟਲ ਹੁੰਦੇ ਨੇ। ਰਾਜਾ ਹੋਇਆ, ਇਹ ਵੀ ਟਾਈਟਲ ਹੈਗਾ। ਅਤੇ ਟਾਈਟਲ ਦੇ ਪੁੱਤ ਨਹੀਂ ਹੁੰਦੇ, ਰਾਜੇ ਦੇ ਪੁੱਤ ਨਹੀਂ ਹੁੰਦੇ, ਰਾਜਪੂਤ ਨਹੀਂ ਕੋਈ ਕੌਮ ਹੈਗੀ। ਇਹ ਜੱਟ ਸੀਗੇ ਜਿਹੜੇ ਅਮੀਰ ਸੀਗੇ, ਉਹਨਾਂ ਨੂੰ ਦਖਨਾ ਲੈਣ ਲਈ ਉਹਨਾਂ ਨੇ ਬਾਹਮਣਾਂ ਨੇ ਤਾਂ ਰਾਜਪੂਤ ਕਹਿਣਾ ਕਹਿਣਾ ਸ਼ੁਰੂ ਕਰ ਦਿੱਤਾ। ਅਤੇ ਗਰੀਬਾਂ ਜੱਟਾਂ ਨੂੰ ਜੱਟ, ਇਹ ਜੱਟ ਬੂਟ ਹੈ ਕਿ ਤੁਸੀਂ ਹੈਗੇ ਰਾਜਪੂਤ, ਸਾਨੂੰ ਪੈਸੇ ਦਿਓ ਹੋਰ ਲਾਲਚ ਦੀ ਖਾਤਰ। ਅਤੇ ਇਹ ਜਿਹੜਾ ਹੈਗੀ ਆਪਣੀ ਐਡਵੈਂਟ ਕੈਂਡਲ ਚਲਾਉਣ, ਚਾਰ ਹੈਗੀਆਂ ਨੇ, ਅਤੇ ਗੱਭੇ ਇੱਕ ਹੈਗੀ ਵੱਡੀ ਕੈਂਡਲ ਜਿਹੜੀ ਹੈਗੀ ਕ੍ਰਾਈਸਟ ਜੀਸਸ ਦੇ ਨਾਂ 'ਤੇ। ਅਤੇ ਇਹ ਜਿਹੜੇ ਚਾਰ ਹੈਗੀਆਂ ਕੈਂਡਲ, ਇਹ ਚਾਰ ਵਰਨਾਂ ਦੇ ਹਿਸਾਬ ਨਾਲ ਹੈਗੀਆਂ। ਇਹ ਹਰ ਵੀਕ ਜਲਾਉਂਦੇ ਨੇ ਐਡਵੈਂਟ, ਇਹਨਾਂ ਨੂੰ ਕੁਛ ਨਹੀਂ ਪਤਾ ਵਿਚਾਰਿਆਂ ਨੂੰ ਵੀ ਕਿਉਂ ਚਲਾਈ ਦੀ ਹੈਗੀ। ਅਤੇ ਇਸ ਕਰਕੇ ਤੁਸੀਂ ਜਿਹੜੇ ਵੈਸਟ 'ਚ ਹੈਗੇ ਆ ਇਹਨਾਂ ਨੂੰ ਦੱਸੋ ਵੀ ਇਸ ਕਰਕੇ ਚਲਾਉਂਦੇ ਆ ਤੁਸੀਂ ਇਹੋ ਕੈਂਡਲ, ਤਦ ਤਾਂ ਤੁਹਾਡੀ ਹੋਏਗੀ ਕਦਰ ਕੋਈ। ਅਤੇ ਜੇ ਉੱਦਾਂ ਜਾ ਕੇ ਤੁਸੀਂ ਦਾੜੀ ਅਤੇ ਪਗੜੀ ਬਣ ਕੇ ਤਾਂ ਸਿੱਖ ਸਿੱਖ ਕਹੋਗੇ, ਅਤੇ ਆਉਂਦਾ ਜਾਂਦਾ ਕੱਖ ਲਿਆ ਹੋਇਆ ਤਾਂ ਨਾਨਕ ਕਹਿੰਦਾ ਨਾਨਕ ਅਤੇ ਨਰ ਅਸਲ ਖਰ, ਜੇ ਬਿਨ ਗੁਣ ਕਰਾਂ ਬਿਕਰਾਂ, ਜੇ ਕੁਛ ਆਉਂਦਾ ਨਹੀਂ ਤਾਂ ਐਵੇਂ ਮੁੰਡੇ ਦੇ ਫਿਰਤੇ, ਫਿਰ ਤੁਸੀਂ ਅਸਲ ਗਦੀ ਹੈਗੇ, ਇਹ ਤੁਹਾਡੀ ਮਰਜ਼ੀ ਹੈਗੀ। ਅਤੇ ਆਹ ਹੈਗਾ ਜਿਹੜਾ ਸਮਾਂ ਹੈਗਾ ਨਾ ਅੱਜ ਕੱਲ੍ਹ ਦਾ, ਇਹ ਚੱਲ ਰਿਹਾ ਨਾ। ਇਹ ਇਹ ਹੈਗਾ ਮਨੋਰਾ ਜਿਹੜਾ ਹੈਗੀ ਜੂਦੀਆਂ ਦਾ, ਇਹਦੀਆਂ ਤਿੰਨ ਕੈਂਡਲ ਇੱਧਰ ਹੈਗਾ, ਤਿੰਨ ਇੱਧਰ ਹੈਗੀਆਂ ਨੇ। ਇਹ ਹੈਗੀਆਂ ਬ੍ਰਹਮਾ ਦੇ ਭਾਂਡੇ, ਬ੍ਰਹਮੇ ਨੂੰ ਯਾਵੇ ਕਹਿੰਦੇ ਉਹ, ਅਤੇ ਵਿੱਚ ਜਿਹੜੀ ਰੂਹ ਹੈਗੀ ਉਹ ਪਾਰਬ੍ਰਹਮ ਦੀ ਹੈਗੀ, ਮਿਡਲ ਕੈਂਡਲ ਪਾਰਬ੍ਰਹਮ ਦੀ ਹੈਗੀ। ਅਤੇ ਜਦੋਂ ਰਬਾਈ ਜਦੋਂ ਇਹਨਾਂ ਕੋਲ ਗਿਆਨ ਹੁੰਦਾ ਸੀ ਪਾਰਬ੍ਰਹਮ ਦਾ, ਸਾਰੀਆਂ ਕੈਂਡਲ ਇੱਕ ਤਹਿ 'ਤੇ ਹੁੰਦੀਆਂ ਸੀ। ਜਦੋਂ ਇਹ ਬਾਹਮਣ ਜਾਂ ਰਬਾਈ ਇਹ ਲਾਲਚੀ ਬਣ ਜਾਂਦੇ ਨਾ, ਹਨੇਰਾ ਹੁੰਦਾ, ਫਿਰ ਇਹ ਕੈਂਡਲ ਜਿਹੜੀ ਹੈਗੀ ਕ੍ਰਾਈਸਟ ਆਉਂਦਾ ਹੈਗਾ ਸਤਿਗੁਰੂ, ਉਹਦੇ ਓਨਰ 'ਚ ਇਹਨੂੰ ਚੱਕਿਆ ਜਾਂਦਾ ਦੁਨੀਆਂ ਨਾਲ ਉੱਪਰ। ਇਹ ਹੈਗੀ ਲਾਰਡ ਆਫ ਦੀ ਸਾਬਤ, ਕ੍ਰਾਈਸਟ ਜਿਹਦੇ ਚੜਾ ਸੀ ਲਾਰਡ ਆਫ ਦੀ ਸਾਬਤ ਹੈਗਾ। ਅਤੇ ਕ੍ਰਿਸਮਸ ਵੇਲੇ ਜਦੋਂ ਕ੍ਰਾਈਸਟ ਬਰਥ ਆਫ ਜੀਜ਼ਸ, ਨਾਟ ਕ੍ਰਾਈਸਟ, ਕ੍ਰਾਈਸਟ ਟਾਈਟਲ ਹੈਗਾ, ਨਾ ਇਹ ਜੰਮਿਆ ਨਾ ਮਰਿਆ, ਜੀਜ਼ਸ ਜੰਮਿਆ ਜੀਜ਼ਸ ਮਰਿਆ ਕ੍ਰੋਸ 'ਤੇ। ਅਤੇ ਇਹ ਫਿਰ ਉਹ ਜਗਾਉਂਦੇ ਨੇ ਚਾਰ ਬੱਤੀਆਂ ਜਿਨ੍ਹਾਂ ਨੂੰ ਐਡਵੈਂਟ ਕੈਂਡਲ ਕਹਿੰਦੇ ਨੇ, ਉਹ ਆ ਹੈਗੀਆਂ ਨੇ। ਇਹ ਹੈਗਾ ਰਾਮ ਰਾਜੇ ਦਾ ਪਿਕਚਰ, ਪਹਿਲਾਂ ਤੁਸੀਂ ਇਹ ਜਿਹੜੇ ਉਹਨਾਂ ਨੂੰ ਪਾਣੀ 'ਚ ਡੁਬਕੀ ਦਿੱਤੀ, ਉਹਨਾਂ ਨੂੰ ਇਬਰਾਹਮ ਦੇ ਪੁੱਤਰ ਬਣਾਇਆ ਇਬਰਾਹਮ ਦੇ ਨਾਂ 'ਤੇ, ਅਤੇ ਜੀਜ਼ੇ ਨੂੰ ਦਿੱਤੀ ਡੁਬਕੀ, ਉਹਦੇ ਜਿਹੜਾ ਪਿਓ ਸੀਗਾ ਉਹ ਸੀਗਾ ਯਾਵੇ ਬ੍ਰਹਮਾ, ਉਹ ਬ੍ਰਹਮਾ ਦਾ ਪਹਿਲਾ ਪੁੱਤ ਸੀਗਾ ਜੀਜ਼ਸ, ਇਸ ਕਰਕੇ ਉਹਦਾ ਨਾਂ ਯਸ਼ ਹੋਇਆ ਨਾ, ਯਹ ਫਰਮ ਯਾਵੇ, ਯਾਵੇ ਹੈਗਾ ਬ੍ਰਹਮਾ, ਅਤੇ ਸ਼ਿਵਾ ਆ ਸ਼ਿਵਾ ਪ੍ਰਾਈਮਲ ਐਟਮ, ਸੋ ਜੀਜ਼ਸ ਸੈਕਿੰਡ ਐਟਮ ਸੀਗਾ, ਦੂਸਰਾ ਆਦਮੀ ਆਦਮ। ਅਤੇ ਇਸ ਕਰਕੇ ਆਪਣੀ ਉਹ ਜਿਹੜੀ ਸੀ ਲਾਸ਼ ਲੈ ਗਿਆ ਸੀ, ਨਾਲ ਹੀ ਲੈ ਗਿਆ ਸੀ, ਕਿਉਂਕਿ ਇੱਥੇ ਉਹਦਾ ਕੋਈ ਹੱਕ ਨਹੀਂ ਸੀ ਬਣਦਾ,
ਇਹ ਜਿਹੜੀ ਦੁਨੀਆਂ ਪਹਿਲੇ ਆਦਮ ਦੀ ਹੈਗੀ ਤੇ ਮੇਰੀ ਸਰੋਗੇਟ ਮਦਰ ਸੀਗੀ ਤੇ ਜੋਸਫ ਜਿਹੜਾ ਸੀ ਫੋਸਟਰ ਫਾਦਰ ਤੇ ਜੀਜ਼ ਨੂੰ ਉਹਨੇ ਡੁਬਕੀ ਦਿੱਤੀ ਸੀ ਯਾਵੇ ਦੇ ਨਾਂ ਤੇ ਜੋਨ ਦੀ ਬਾਪਿਸ ਨੇ ਜਦੋਂ ਆਪਣੇ ਪਿਓ ਦੇ ਬਣ ਗਏ ਕੱਚੇ ਦੇ ਉਹਦੀ ਸੁਰਤ ਆ ਗਈ ਫਿਰ ਪੱਕੇ ਪਿਓ ਨੂੰ ਢੂੰਡਣ ਲੱਗੇ ਉਹਦੇ ਢੂੰਡਣ ਲਈ ਤੁਹਾਨੂੰ ਨਿਆਰੇ ਹੋਣਾ ਪੈਂਦਾ ਹੈਗਾ ਆਹ ਜਿਹੜੀ ਗਲੀ ਹੈਗੀ ਨਿਆਰੇ ਹੈਗੀ ਇਹਦੇ 'ਚ ਹੈਗੀ ਅੱਗ ਹੈਗੀ ਪੱਠੀ ਹੈਗੀ ਨਾਮ ਦੀ ਜਿਹੜੀ ਸਤਿਗੁਰੂ ਅੰਗਦ ਦੇਵ ਜੀ ਕੋਲ ਸੀਗੀ ਤੇ ਬਰਨਿੰਗ ਬੁਸ਼ ਇਹਦੇ 'ਚ ਲੰਘਣ ਲਈ ਤੁਹਾਨੂੰ ਆਪਣਾ ਜਿਹੜਾ ਬੀ ਹੈਗਾ ਉਹ ਨਾਸ਼ ਕਰਨਾ ਪੈਂਦਾ ਬੀ ਜਿਹੜਾ ਕਹਿੰਦਾ ਮੈਂ ਫਲਾਨੇ ਦਾ ਪੁੱਤਰ ਹੈਗਾ ਮੈਂ ਫਲਾਨੇ ਦਾ ਪੁੱਤਰ ਹੈਗਾ ਜਦੋਂ ਤੁਸੀਂ ਇਹ ਹੈਗਾ ਬ੍ਰਹਮਾ ਦੇ ਵਿੱਚ ਜਦੋਂ ਤੁਸੀਂ ਪਾਰਬ੍ਰਹਮ ਦੀ ਸੁਰਤੀ ਆਇਆ ਫਿਰ ਤੁਸੀਂ ਆਪਣਾ ਬੀਜ ਨਹੀਂ ਕਿਸੇ ਨੂੰ ਬਈ ਉਹਦੇ 'ਤੇ ਕੋਈ ਹੰਕਾਰ ਨਹੀਂ ਕਰਨਾ ਕੁਛ ਵੀ ਨਿਮਰਤਾ 'ਚ ਉਹ ਪਛਾਣ ਲਈ ਹੈਗਾ ਇਕੱਲਾ ਜਿਸਮ ਦੀ ਪਛਾਣ ਲਈ ਰੂਹ ਦੀ ਪਛਾਣ ਨਹੀਂ ਹੈਗੀ ਕੋਈ ਵੀ ਰੂਹ ਦੀ ਪਛਾਣ ਇਹਦੇ ਨਾਲ ਹੁੰਦੀ ਆਦਮੀ ਦੀ ਵੀ ਆਦਮੀ ਹੈਗਾ ਤੁਰਿਆ ਫਿਰਦਾ ਜੀਂਦਾ ਜਿਹੜਾ ਰੂਹ ਦੀ ਹੁੰਦੀ ਪਛਾਣ ਉਹ ਹੁੰਦੀ ਕਿ ਕਰਮਾਂ ਨਾਲ ਸਹਿਜਾ ਸਹਿਪਾਤ ਜਿਹੋ ਜਿਹਾ ਕਰਮ ਕਮਾਉਂਦੇ ਤੇ ਉਹ ਫਿਰ ਜਿਹੜਾ ਇੱਥੇ ਜਿਹੜਾ ਜਿਹੜਾ ਬੀਜ ਹੈ ਨਾ ਕਈ ਆਦਮੀ ਆਪਣਾ ਬੀਜ ਮੈਂ ਫਲਾਨੇ ਦਾ ਪੁੱਤਰ ਹੈਗਾ ਮੈਂ ਇੱਦਾਂ ਹੈਗਾ ਉਹ ਹੈਗਾ ਏਦਾਂ ਹੀ ਉਹ ਮੁੰਬਈ 'ਚ ਤੁਰੇ ਫਿਰਦੇ ਨੇ ਉਹ ਸੁਰਤੀ ਨਹੀਂ ਉਹਨਾਂ ਨੂੰ ਹੁੰਦੀ ਉਹਨਾਂ ਨੂੰ ਨਾਮ ਨਹੀਂ ਮਿਲਦਾ ਸਤਿਗੁਰੂ ਅੰਗਦ ਦੇਵ ਜੀ ਨੇ ਉਹ ਜਿਹੜਾ ਬੀਜ ਸੀਗਾ ਨਾ ਉਹ ਬਿਜਵਾਇਆ ਸੀਗਾ ਇਹਨੂੰ ਬੀਜੋ ਜ਼ਮੀਨ 'ਚ ਬੀਜ ਕੇ ਉਹ ਬੀਜ ਮਰ ਜਾਂਦਾ ਹੈਗਾ ਤੇ ਪੌਦਾ ਬਣ ਜਾਂਦਾ ਪੌਦੇ ਨੂੰ ਫਲ ਲੱਗਦਾ ਹੈਗਾ ਬੀਜ ਨੂੰ ਨਹੀਂ ਫਲ ਲੱਗਦਾ ਉਹ ਜਿਹੜਾ ਸੀ ਪੌਦਾ ਬਣਿਆ ਉਹ ਵਾਈਨ ਸੀਗਾ ਯਾਨੀ ਅੰਗੂਰਾਂ ਦੀ ਬੇਲ ਅੰਗੂਰ ਇੱਥੇ ਜਿਹੜਾ ਜੀਜ ਹੈਗਾ ਇਹ ਆਪਣੇ ਆਪ ਇਹਨੂੰ ਅੰਗੂਰਾਂ ਦੀ ਬੇਲ ਨਾਲ ਕੰਪੇਅਰ ਕਰੀਦਾ ਨਾ ਟਰੂ ਵਾਈਨ ਪਲਾਂਟਡ ਬਾਈ ਗੋਡ ਇਸ ਦੇ ਨਾਲ ਤੁਸੀਂ ਗ੍ਰਾਫਟ ਕਰਨਾ ਤੁਸੀਂ ਬੀਜ ਨੂੰ ਨਹੀਂ ਗ੍ਰਾਫਟ ਕਰ ਸਕਦੇ ਜਿੰਨਾ ਚਿਰ ਤੁਸੀਂ ਪੌਦਾ ਨਹੀਂ ਬਣਦਾ ਇਸ ਕਰਕੇ ਜਿੰਨਾ ਚਿਰ ਤੁਹਾਡੀ ਹੋਮੇ ਨਹੀਂ ਨਾ ਜਾਂਦੀ ਸਾਰੀ ਜਲਦੀ ਨਹੀਂ ਉਨਾ ਚਿਰ ਤੁਸੀਂ ਇਸ ਨਾਲ ਨਹੀਂ ਗ੍ਰਾਫਟ ਕਰ ਸਕਦੇ ਜਦੋਂ ਗ੍ਰਾਫਟ ਕਰ ਲਿਆ ਦੈਨ ਉਹਦੇ ਤੋਂ ਫਿਰ ਖੁਰਾਕ ਲੈਣੀ ਹੈਗੀ ਡੇਲੀ ਬ੍ਰੈਡ ਜਿਹੜੀ ਉਹ ਲਿਵਿੰਗ ਬ੍ਰੈਡ ਹੈਗੀ ਇਹ ਨਹੀਂ ਜਿਹੜੀ ਆਹ ਖਾਣ ਵਾਲੀ ਬ੍ਰੈਡ ਨਹੀਂ ਹੈਗੀ ਜਿਹੜੀ ਕੰਨਾਂ ਨੂੰ ਖਾਣੀ ਹੈਗੀ ਆਹ ਸਪਿਰਚੁਅਲ ਮਾਊਥ ਹੈਗਾ ਆਹ ਫਿਜ਼ੀਕਲ ਮਾਊਥ ਹੈਗਾ ਉਹਨੇ ਸਪਿਰਚੁਅਲ ਮਾਊਥ ਜਿਹੜੇ ਕੰਨ ਹੈਗੇ ਉਹਨਾਂ ਨੇ ਤਾਂ ਬਾਣੀ ਸ਼ਬਦ ਖਾਣਾ ਹੈਗਾ ਫਿਰ ਉਹ ਸ਼ਬਦ ਦੀ ਉਹ ਲੈ ਕੇ ਆਉਂਦੇ ਨੇ ਉੱਥੋਂ ਡੇਲੀ ਬ੍ਰੈਡ ਉਹ ਆਪਣੇ ਦਿਲ 'ਤੇ ਲੈ ਕੇ ਜਾਂਦੇ ਇਹ ਹੈਗਾ ਉਹਦਾ ਪੇਟ ਹੈਗਾ ਡੇਲੀ ਬ੍ਰੈਡ ਦਾ ਜਿਹੜੀ ਆਪਾਂ ਇੱਥੋਂ ਖਾਈ ਦੀ ਉਹਦਾ ਪੇਟ ਥੱਲੇ ਹੈਗਾ ਕੱਲ੍ਹ ਨੂੰ ਫਿਰ ਟੱਟੀ ਰਾਹੀਂ ਨਿਕਲ ਜਾਂਦੀ ਹੈਗੀ ਬੜੀ ਬੂ ਮਾਰਦੀ ਹੈਗੀ ਜਿਹੜੀ ਚੀਜ਼ ਜਿਸਮ 'ਤੇ ਲੱਗਦੀ ਰੂਹ 'ਤੇ ਉਲਟ ਲੱਗਦੀ ਇੱਥੋਂ ਸੁਣਨਾ ਹੈਗਾ ਨਾਮ ਸ਼ਬਦ ਸਤਿਗੁਰੂ ਜੀਜ਼ ਨੇ ਜਾਂ ਸਤਿਗੁਰੂ ਨਾਨਕ ਨੇ ਉਚਾਰੇ ਜਿਹੜੇ ਨੇ ਸੁਣ ਕੇ ਉਹਨਾਂ ਨੂੰ ਹਿਰਦੇ 'ਤੇ ਲਿਜਾ ਕੇ ਉੱਥੇ ਉਹਨੂੰ ਗੁਰ ਨਾਲ ਗੁਰ ਹੁੰਦਾ ਢੰਗ ਕਹਿੰਦਾ ਸਵਾਲ ਕਰਨਾ ਤਾਂ ਗੁਰ ਕੀ ਹੈਗਾ ਲੋਜੀਕਲ ਰੀਜ਼ਨਿੰਗ ਉਹਦੇ ਨਾਲ ਗੁਰ ਨਾਲ ਉਹਨੂੰ ਸਮਝ ਕੇ ਤੇ ਫਿਰ ਤੁਸੀਂ ਆਪਣੇ ਮੂੰਹ 'ਚ ਕੱਢਣਾ ਆਪ ਨਾਮ ਅਤੇ ਜਿਹੜਾ ਨਾਮ ਹੈਗਾ ਫਿਰ ਇੱਥੇ ਦਿਲ 'ਤੇ ਲਿਖਿਆ ਜਾਂਦਾ ਹੈਗਾ ਕਿ ਇਹ ਕਿਤਾਬਾਂ 'ਚ ਨਹੀਂ ਲਿਖਿਆ ਜਾਂਦਾ ਅਤੇ ਇਸ ਕਰਕੇ ਜਿਹੜੀ ਬੀੜ ਸਿੱਖਾਂ ਨੇ ਕਿਹਾ ਸੀ ਨਾ ਲਿਖਵਾ ਦਿਓ ਉਹਨਾਂ ਨੇ ਸ਼੍ਰੀ ਸਤਿਗੁਰੂ ਅਰਜਨ ਦੇਵ ਜੀ ਨੇ ਲਿਖਵਾਈ ਸੀ ਭਾਈ ਗੁਰਦਾਸ ਤੋਂ ਅਤੇ ਆਪ ਕੋਲ ਆਪ ਨਾਲ ਲਿਖਵਾਈ ਸੀਗੀ ਇੱਕ ਤੰਬੂ 'ਚ ਉਹ ਬੈਠਾ ਸੀ ਇੱਕ ਤੰਬੂ 'ਚ ਆਪ ਬੈਠੇ ਸੀਗੇ ਅਤੇ ਹਰ ਇੱਕ ਭਗਤ ਆ ਕੇ ਖੁਦ ਆਪਣੀ ਬਾਣੀ ਲਿਖਾਉਂਦਾ ਹੁੰਦਾ ਸੀਗਾ ਅਤੇ ਉਹ ਜਿਹੜੀ ਸੀ ਤੁਰਕੀ ਬਾਣੀ ਸੀਗੀ ਇਹ ਜਿਹੜੀ ਤੁਰਕੀ ਬਾਣੀ ਹੁੰਦੀ ਹੈਗੀ ਗੋਸਪਲ ਅਤੇ ਇਹ ਖੱਤਰੀਆਂ ਦੇ ਹੱਥ ਆਈ ਕਿਤਾਬ ਉਹ ਬੀੜ ਅਤੇ ਇਹਨਾਂ ਨੇ 200-300 ਸਫ਼ੇ ਉਹਦੇ ਸਾਫ਼ ਕਰ ਦਿੱਤੇ ਅਤੇ ਨਾਲੇ ਰਸੌਂਤ ਨਾਲ ਇਹਦੇ 'ਚ ਹੇਰਾ ਫੇਰੀਆਂ ਕਰ ਦਿੱਤੀਆਂ ਲਫ਼ਜ਼ਾਂ 'ਚ ਅੱਜ ਇੱਦਾਂ ਹੈਗਾ ਨਾ ਪ੍ਰੋਫੈਸਰ ਸਾਹਿਬ ਸਿੰਘ ਇਹ ਹਰ ਨੂੰ ਹਰੀ ਕਹੀ ਜਾਂਦਾ ਹੈਗਾ
ਹਰੀ ਓਮ ਸ਼ਾਂਤੀ ਹੈਗਾ ਹਿੰਦੂਆਂ ਦਾ, ਹਰ ਇੱਕ ਓਂਕਾਰ ਹੈਗਾ ਸਾਡਾ ਸਿੱਖਾਂ ਦਾ। ਕਿਉਂ? ਉਹ ਪੈਸੇ ਦੀ ਖਾਤਰ ਕਰਦਾ ਨਾ, ਜਿਹੜਾ ਵੀ ਪੈਸੇ ਦੀ ਖਾਤਰ ਕਰੂਗਾ ਉਹ ਸੱਚ ਉਹਨੂੰ ਸੱਤ ਨਹੀਂ ਮਿਲੇਗਾ। ਕਿਉਂ? ਬੇਵਕੂਫ ਨਹੀਂ ਆਪਣਾ ਜਿਹੜਾ ਪਰਮਾਤਮਾ ਹੈਗਾ ਪਾਰਬ੍ਰਹਮ, ਬੇਵਕੂਫ ਨਹੀਂ ਹੈਗਾ। ਉਹ ਕਹਿੰਦਾ ਜੇ ਤੂੰ ਪੈਸਾ ਲੈ ਲਿਆ ਤਾਂ ਜਾ, ਹੁਣ ਤੂੰ ਮੇਰੇ ਤੋਂ ਕੀ ਮੰਗਦਾ? ਜੇ ਉਹਦਾ ਨਾਮ ਲੈਣਾ ਉਹ ਫਿਰ ਬਗੈਰ ਪੈਸੇ ਜਿੰਨਾ ਸਾਧੂ ਹੈਗੇ ਨੇ ਉਹਨਾਂ ਤੋਂ ਮਿਲਦਾ ਹੈਗਾ। ਸਾਧੂ ਉਹ ਹੁੰਦਾ ਜਿਹੜਾ ਪੈਸੇ ਨੂੰ ਨਹੀਂ ਹੱਥ ਲਾਉਂਦਾ। ਇਹ ਨਹੀਂ ਜਿਹੜਾ ਭਗਵੇਂ ਕੱਪੜੇ ਪਾ ਲਏ ਤੇ ਦੁਕਾਨਾਂ ਦੇ ਮੰਗਦੇ ਫਿਰਦੇ ਨੇ, ਇਹ ਸਾਧੂ ਨਹੀਂ ਹੈਗੇ। ਇੱਕ ਸਾਧ ਹੈਗੇ ਨੇ ਲੁਟੇਰੇ। ਤੇ ਇਸ ਤਰ੍ਹਾਂ ਹੈਗਾ ਇਹ ਜਿਹੜਾ ਹੈਗਾ ਕਲਯੁਗ ਵਿੱਚ ਜਿਹੜੇ ਬ੍ਰਾਹਮਣ ਹੈਗੇ ਨੇ, ਚਾਰ ਹੈਗੇ ਨਾ ਵਰਨ ਆਪਣੇ, ਸ਼ੂਦਰ ਵੈਸ਼ ਕਸ਼ਤਰੀ ਤੇ ਬ੍ਰਾਹਮਣ। ਇਹ ਚਾਰੇ ਜਿਹੜੇ ਲੋਕ ਹੁੰਦੇ ਇਹਨਾਂ ਵਰਨਾਂ ਦੇ, ਸਾਰੇ ਅੰਨੇ ਹੋ ਜਾਂਦੇ ਕਲਯੁਗ ਵਿੱਚ। ਕਿਉਂ? ਬ੍ਰਾਹਮਣ ਨੇ ਦੇਣੀ ਸੀ ਨਾ ਸਿਕਸ਼ਾ। ਬ੍ਰਾਹਮਣ ਆਪ ਲਾਲਚੀ ਹੈਗਾ ਤੇ ਦੂਜਿਆਂ ਨੂੰ ਕੀ ਦੱਸੂਗਾ? ਜਿੱਦਾਂ ਹੈਗਾ ਤੁਸੀਂ ਗੁਰਦੁਆਰਾ ਬਣਾਉਂਦੇ ਆ, ਮਿਲੀਅਨ ਮਿਲੀਅਨ ਪਾਉਣ ਲਾ ਕੇ ਬਣਾਉਂਦੇ ਆ ਗੁਰਦੁਆਰਾ ਅੱਜ ਕੱਲ੍ਹ, ਤੇ ਉੱਥੋਂ ਲੈ ਆਉਂਦੇ ਆ ਗ੍ਰੰਥੀ ਉੱਥੋਂ ਅੰਮ੍ਰਿਤਸਰ ਦਾ, ਅੰਮ੍ਰਿਤਸਰੀਏ ਅੰਦਰ ਸੜੀਏ, ਇੱਕ ਨੰਬਰ ਦਾ ਠੱਗ ਬਨਾਰਸ ਦੇ ਠੱਗਾਂ ਨਾਲੋਂ ਵੀ ਉੱਪਰ, ਉਹਨੂੰ ਬਿਠਾ ਦਿੰਦੇ ਹਾਂ ਵੀ ਵਿਆਖਿਆ ਕਰਕੇ ਦੇ ਸਾਨੂੰ। ਉਹ ਵਿਆਖਿਆ ਕਿੱਧਰੋਂ ਕਰਕੇ ਦਊਗਾ ਤੁਹਾਨੂੰ? ਉਹ ਤਾਂ ਪੈਸੇ ਦੀ ਖਾਤਰ ਉੱਥੇ ਆਇਆ ਹੈਗਾ ਅੰਮ੍ਰਿਤਸਰ ਤੋਂ ਲੁੱਟਣ ਆਇਆ ਤੁਹਾਨੂੰ ਲੁਟੇਰਾ। ਇਹ ਜਿਹੜੇ ਏਦਾਂ ਹੀ ਜਿਹਨਾਂ ਕੋਲ ਸੁਰਤੀ ਹੈਗੀ ਉਹਨਾਂ ਨੂੰ ਨਾਮ ਨਹੀਂ ਮਿਲਦਾ। ਇਹ ਸੁਰਤੀ ਉਪਦੇਸ਼ ਹੈਗਾ, ਜਿਹੜੇ ਸੁਰਤੀ ਵਾਲੇ ਹੈਗੇ ਨੇ ਉਹ ਖੁਦ ਕੋਸ਼ਿਸ਼ ਕਰਦੇ ਨੇ। ਚਾਰ ਪੰਜ ਆਦਮੀ ਬਹਿ ਕੇ ਉਹ ਫਿਰ ਬਾਣੀ ਦੀ ਪੜ੍ਹ ਕੇ ਤਾਂ ਵਿਆਖਿਆ ਕਰਕੇ ਦੱਸਦੇ ਵੀ ਆਹ ਮਤਲਬ ਹੈਗਾ ਇਹਦਾ, ਜੇ ਉਹਨਾਂ ਨੂੰ ਗੁਰ ਦਾ ਪਤਾ ਲੱਗ ਜਾਏ। ਪਹਿਲੀ ਪੌੜੀ ਜਿਹੜੀ ਹੈਗੀ ਸੋਚਿਆ ਸੋਚਣਾ, ਜੇ ਸੋਚੀ ਲਖਵਾਰ, ਇਹ ਗੁਰ ਹੈਗਾ, ਇਹ ਮੰਤਰ ਹੈਗਾ, ਮੂਲ ਮੰਤਰ ਹੈਗਾ। ਜੇ ਇਹ ਸਮਝ ਆ ਜਾਏ ਨਾ ਪਹਿਲੀ ਪੌੜੀ ਤਾਂ ਤੁਹਾਨੂੰ ਸਾਰੀ ਬਾਣੀ ਸਮਝ ਆ ਜਾਏਗੀ। ਤੇ ਕਈ ਵੀਡੀਓ ਪਾਏ ਮੈਂ ਇਸ ਪਹਿਲੀ ਦਿਖਾ ਇਹਨੂੰ ਐਕਸਪੋਜੀਸ਼ਨ ਲਈ। ਇਸ ਕਰਕੇ ਆਹ ਜਿਹੜੇ ਚਰਚਾ 'ਚ ਜਾਂਦੇ ਹਾਂ, ਤੁਸੀਂ ਜਾਣਾ ਚਾਹੀਦਾ ਉੱਥੇ। ਤੁਹਾਨੂੰ ਜਾ ਕੇ ਉਹਨਾਂ ਨੂੰ ਦੱਸੋ ਵੀ ਤੁਸੀਂ ਕੀ ਸਿੱਖਿਆ ਸਤਿਗੁਰੂ ਨਾਨਕ ਦੇਵ ਜੀ ਘਰ ਤੋਂ। ਨਿਊ ਟੈਸਟਾਮੈਂਟ ਪੜ੍ਹਨਾ ਹੈਗਾ ਇਹਨਾਂ ਦਾ। ਨਿਊ ਟੈਸਟਾਮੈਂਟ ਪੜ੍ਹੋਗੇ ਉੱਥੋਂ ਜੇ ਤੁਹਾਨੂੰ ਸਮਝ ਆ ਗਈ ਨਿਊ ਟੈਸਟਾਮੈਂਟ ਦੀ, ਉਹਦੇ 'ਚ ਥੋੜ੍ਹੀ ਥੋੜ੍ਹੀ ਕੀਤੀ ਹੇਰਾ ਫੇਰੀ, ਜ਼ਿਆਦਾ ਨਹੀਂ ਕੀਤੀ ਹੋਈ, ਜੇ ਤੁਸੀਂ ਉਸ ਹੇਰਾ ਫੇਰੀ ਤੋਂ ਬਚ ਗਏ, ਉਹ ਸਮਝ ਆ ਗਈ ਤੁਹਾਡੇ, ਫਿਰ ਤੁਸੀਂ ਸਤਿਗੁਰੂ ਨਾਨਕ ਦੇਵ ਜੀ ਦੀ ਬਾਣੀ ਸਮਝੀ ਬੜੀ ਆਸਾਨ ਸਮਝ ਵਿੱਚ ਆ ਜਾਏਗੀ। ਪਹਿਲਾਂ ਛੋਟੇ ਸਤਿਗੁਰੂ ਦੀ ਬਾਣੀ ਸਮਝੇ, ਫਿਰ ਵੱਡੇ ਦੀ ਆ ਜਾਏਗੀ ਸਮਝ। ਜਿੱਦਾਂ ਛੋਟੇ ਡਾਕਟਰ ਕੋਲ ਜਾਈਦਾ ਪਹਿਲਾਂ, ਫਿਰ ਸਪੈਸ਼ਲਿਸਟ ਕੋਲ ਜਾਈਦਾ। ਛੋਟੇ ਡਾਕਟਰ ਦੇ ਜਿਹੜੇ ਸੀਗੇ ਨਾ ਆਪਣੇ ਦੁਸ਼ਮਣ, ਉਹ ਸੀਗੇ ਪ੍ਰਿੰਸਿਸ ਆਫ ਡਾਕਟਰ, ਸ਼ਹਿਜ਼ਾਦੇ ਸੀਗੇ। ਅਤੇ ਆਪਣੇ ਜਿਹੜੇ ਸੀਗੇ ਇੰਡੀਆ 'ਚ ਜਿਹੜੇ ਖੱਤਰੀ, ਖਾਸ ਕਰਕੇ ਜਿਹੜੇ ਮੁਹੰਮਦਨ ਬਣੇ ਉਹ ਬਣ ਗਏ ਸੀ ਐਮਪਰਰਸ ਆਫ ਡਾਰਕਨੈਸ, ਅਤੇ ਖੱਤਰੀ ਜਿਹੜੇ ਦੂਜੇ ਸੀਗੇ ਉਹ ਬਣ ਗਏ ਸੀਗੇ ਕਿੰਗਸ ਆਫ ਡਾਰਕਨੈਸ, ਲੋਕਾਂ ਨੂੰ ਗੁੰਮਰਾਹ ਕਰਨ ਵਾਲੇ। ਅਤੇ ਇਸ ਕਰਕੇ ਖੱਤਰੀਆਂ ਦੇ ਘਰ ਆਏ ਸੀ ਸਤਿਗੁਰੂ ਨਾਨਕ ਦੇਵ ਜੀ, ਕਿਉਂ? ਇਹ ਬਿਮਾਰ ਸਨ। ਜਿੰਨਾ ਇਹਨਾਂ ਦੇ ਘਰ ਆਉਂਦੇ ਤਾਂ ਫਿਰ ਇਹਨਾਂ ਨੇ ਕਹਿਣਾ ਸੀ ਅਸੀਂ ਬਿਮਾਰ ਸੀ, ਤੂੰ ਸਾਨੂੰ ਕੋਈ ਘੱਲਿਆ ਨਹੀਂ, ਡਾਕਟਰ ਵੀ ਘੱਲਿਆ। ਡਾਕਟਰ ਉਹਨਾਂ ਦੇ ਆਉਂਦਾ ਜਿਹੜਾ ਬਿਮਾਰ ਹੋਵੇ, ਜੱਟਾਂ ਦੇ ਨਹੀਂ ਆਏ। ਜੱਟ ਭਗਤ ਸੀਗੇ ਅਤੇ ਹੁਣ ਵੀ ਭਗਤ ਹੈਗੇ ਨੇ। ਇਸ ਕਰਕੇ ਜਿਹੜੇ ਚਾਰ ਹੈਗੀਆਂ ਬੱਤੀਆਂ ਜਲਾਉਂਦੇ ਐਡਵੈਂਟ ਕੈਂਡਲ ਜਿਹਨੂੰ ਕਹਿੰਦੇ ਨੇ, ਉਹ ਹੈਗੀਆਂ ਸ਼ੂਦਰ ਵੈਸ਼ ਅਤੇ ਕਸ਼ਤਰੀ ਅਤੇ ਬ੍ਰਾਹਮਣ ਵਰਨ, ਚਾਰ ਵਰਨਾਂ ਲਈ। ਚੌਂ ਵਰਨੋਂ ਕੋ ਏਕ ਉਪਦੇਸ਼। ਅਤੇ ਇਸ ਕਰਕੇ ਜਿਹੜੇ ਅੱਗੇ ਨੇ ਹਰਿਮੰਦਰ ਸਾਹਿਬ ਜਿਹੜਾ ਸੀਗਾ, ਇਹ ਪਹਿਲਾਂ ਜਰੂਸਲਮ ਹੁੰਦਾ ਸੀਗਾ, ਹੋਲੀਐਸਟ ਆਫ ਹੋਲੀ ਇਹਨੂੰ ਕਹਿੰਦੇ ਸੀ। ਇਹਦੇ ਦੁਆਰੇ ਪਰਦਾ ਹੁੰਦਾ ਸੀਗਾ, ਪਹਿਲਾਂ ਸਤਿਗੁਰੂ ਜੀ ਦੇ ਆਇਆ ਇਹਨ ਪਰਦਾ ਪਾੜਿਆ ਵੀ ਹੁਣ ਤੁਸੀਂ ਇਹ ਜਿਹੜੇ ਰੱਬ ਆਈ ਬ੍ਰਾਹਮਣ ਬ੍ਰੁਹਮਣ ਹੈਗੇ ਨਿਕੰਮੇ ਹੋ ਗਏ ਨੇ, ਹੁਣ ਤੁਸੀਂ ਸਿੱਧੀ ਅਪਰੋਚ ਕਰੋ ਪਾਰਬ੍ਰਹਮ ਨੂੰ। ਕਹਿੰਦੇ ਰਾਹੀਂ ਨਾਮ ਮਲਾਵਾ ਹੋਵੇ, ਨਾਮ ਨਾਲ ਆਪਣੇ ਫਾਸਟਿੰਗ ਨਹੀਂ ਹੈਗੀ, ਜਿਹੜੇ ਆਵਰ ਫਾਦਰ ਇਨ ਹੈਵਨ ਕਹਿੰਦੇ ਨੇ। ਪਰਦਾ ਤਾਂ ਇੱਥੇ ਹੈਗਾ, ਉਹ ਆਪਣੇ ਆਹ ਹਰਿਮੰਦਰ ਹੈਗਾ, ਹਰਿਮੰਦਰ ਦੇ ਵਿੱਚ ਹਰ ਰਹਿੰਦਾ ਹੈਗਾ, ਬਾਹਰ ਨਹੀਂ ਰਹਿੰਦਾ। ਉਹ ਤਾਂ ਹੈਵਨ ਵਿੱਚ ਹੈ ਹੀ ਨਹੀਂ, ਤੁਹਾਡੇ ਮੂੰਹ ਤੋਂ ਪਹਿਲਾਂ ਆਉਂਦੀ ਚੀਜ਼ ਉਹ ਪਹਿਲਾਂ ਹੀ ਜਾਣ ਜਾਂਦਾ ਕੀ ਤੇਰੇ ਮਨ ਵਿੱਚ ਹੈਗਾ।
ਇਸ ਕਰਕੇ ਪ੍ਰੇਅਰ ਫਾਸਟਿੰਗ ਕਰਨਾ ਐਂਟੀ ਕ੍ਰਾਈਸਟ ਹੈਗਾ। ਉਹ ਜਾਵੇ ਨੂੰ ਹੁੰਦੀ ਸੀਗੀ, ਜਿਹੜਾ ਡੈਮੀਅਰ ਜੋ ਸੀਗਾ ਜਿਹਨੇ ਪੋਟ ਬਣਾਇਆ, ਇਹਦੇ ਭਾਂਡੇ 'ਚ ਰੂਹ ਜਿਹੜੀ ਹੈਗੀ ਉਹ ਪਾਰਬ੍ਰਹਮ ਦੀ ਹੈਗੀ। ਅਤੇ ਜਦੋਂ ਇਹ ਪਤਾ ਲੱਗ ਵੀ ਪਾਰਬ੍ਰਹਮ ਸਾਡਾ ਵੱਡਾ ਪਿਓ ਹੈਗਾ, ਫਿਰ ਤੁਸੀਂ ਇੱਕ ਲਵ ਕਰਦੇ ਆ ਜਿਹੜੀ ਵੀ ਅਨਕੰਡੀਸ਼ਨ ਲਵ, ਯੂਨੀਵਰਸਲ ਡਿਵਾਈਨ ਅਗੇਪੇ ਲਵ, ਕਿਸੇ ਨਾਲ ਨਫ਼ਰਤ ਨਹੀਂ ਕੀਤਾ, ਭਗਤੀ ਮਾਰਗ ਵਿੱਚ ਹੈਗਾ। ਅਤੇ ਇਹ ਚਾਰ ਜਿਹੜੇ ਹੈਗੇ ਦਰਵਾਜ਼ੇ, ਇਹ ਚੌਂ ਵਰਨਾਂ ਦੇ ਹਿਸਾਬ ਨਾਲ ਬਣੇ। ਅਤੇ ਆਹ ਹੈਗਾ ਆਪਣੇ ਜਾਣੀ ਕਿ ਸਤਿਗੁਰੂ ਜੀਜੇ ਅਤੇ ਨਾਨਕ ਇੱਥੇ ਬੈਠੇ ਨੇ। ਰਾਮ ਰਾਜਾ, ਇਹ ਰਾਮ ਰਾਜਾ ਹੈਗਾ, ਰਾਮ ਰਾਜੇ 'ਚ ਬੈਠੇ ਨੇ। ਜਿਹੜਾ ਗੁਰਮੁਖ ਹੁੰਦਾ ਹੈਗਾ ਉਹ ਇਸੇ 'ਚ ਵੜਦਾ ਹੈਗਾ, ਗੁਰਮੁਖ ਵੜ ਕੇ ਅੰਦਰ, ਅਤੇ ਇਹਨਾਂ ਨਾਲ ਫਿਰ ਉਹ ਗ੍ਰਾਫਟਿੰਗ ਕਰਦਾ, ਗੋਸ਼ਤ ਕਰਦਾ ਹੈਗਾ, ਉਹਨਾਂ ਨਾਲ ਗਿਆਨ ਕਰਦਾ ਹੈਗਾ। ਸਤਿਗੁਰੂ ਦੀਆਂ ਗੱਲਾਂ ਸਤਿਗੁਰੂ ਹੀ ਜਾਣੇ। ਜੇ ਤੁਹਾਡੇ ਅੰਦਰ ਸਤਿਗੁਰੂ ਹੈਗਾ ਤਦ ਤੁਸੀਂ ਇਹਦੇ ਨਾਲ ਗੱਲ ਕਰ ਸਕਦੇ ਇਹਨਾਂ ਨਾਲ। ਫਿਰ ਬਾਹਰ ਆ ਕੇ ਤਾਂ ਫਿਰ ਤੁਹਾਨੂੰ ਪ੍ਰਚਾਰ ਕਰਕੇ ਦੱਸਦਾ ਵੀ ਆਹ ਮਤਲਬ ਕਹਿੰਦੇ, ਬਾਣੀ ਆਹ ਕਹਿੰਦੀ ਹੈਗੀ। ਅਤੇ ਹੈਗੇ ਨੇ ਸ਼ੂਦਰ ਵੈਸ਼ ਅਤੇ ਖਤਰੀ, ਚਾਰੇ ਦਰਵਾਜ਼ੇ ਹੈਗੇ ਨੇ ਆਪਣੇ ਹਰਿਮੰਦਰ ਦੇ। ਅਤੇ ਪਹਿਲਾਂ ਜਿਹੜਾ ਹਰਿਮੰਦਰ ਸੀ ਜਰੂਸਲਮ, ਉਹਦੇ ਆਲੇ ਦੁਆਲੇ ਪਰਦਾ ਹੁੰਦਾ ਸੀ। ਜਦੋਂ ਜੀਜੇ ਮਰਿਆ ਨਾ ਉੱਥੇ ਕ੍ਰੋਸ ਤੇ ਉਹਨੂੰ ਮਾਰਿਆ ਨਾ, ਉਹ ਪਰਦਾ ਉੱਪਰ ਤੋਂ ਥੱਲੇ ਦੇ ਪਟ ਗਿਆ ਸੀ। ਯਾਨੀ ਕਿ ਹੁਣ ਤੁਸੀਂ ਟੈਂਪਲ ਹਾਈ ਪ੍ਰੀਸਟ ਟੂ ਵਿਲੇਜ ਰਬਾਈ ਆਫ ਯੂ ਗੋ ਨਾਓ ਯੂ ਡਾਇਰੈਕਟ ਪੁੱਲ ਟੂ ਗੋਡ, ਕੋਈ ਵੀ ਨਹੀਂ ਖੜਾ ਹੋ ਸਕਦਾ ਆਦਮੀ ਤੇ ਪਾਰਬ੍ਰਹਮ ਵਿੱਚ। ਜਿਹੜਾ ਕੋਈ ਖੜਾ ਹੁੰਦਾ ਹੈਗਾ ਨਾ ਉਹ ਹੈਗਾ ਐਂਟੀ ਕ੍ਰਾਈਸਟ। ਅਤੇ ਇਹ ਜਿਹੜੇ ਪਾਦਰੀ ਪਾਏ ਹੋਏ ਥੇ ਨਾ ਆਪਣੇ ਗਲੇ 'ਚ ਪੱਟਾ ਪੁੱਟਾ, ਇਹ ਐਂਟੀ ਕ੍ਰਾਈਸਟ ਹੈਗੇ ਨੇ। ਅਤੇ ਤਦੇ ਆਪਣੇ ਸਤਿਗੁਰੂ ਨਾਨਕ ਦੇਵ ਜੀ ਆਇਆ ਸੀ, ਜਦੋਂ ਇਹ ਐਂਟੀ ਕ੍ਰਾਈਸਟ ਇਹਨਾਂ ਦਾ ਵੱਧ ਗਿਆ ਤਾਂ ਇਹਨਾਂ ਦੇ ਹਨੇਰਾ ਪੈ ਗਿਆ। ਅਤੇ ਇਸ ਕਰਕੇ ਹਰਿਮੰਦਰ ਦੇ ਚਾਰ ਜਿਹੜੇ ਹੈਗੇ ਦਰਵਾਜ਼ੇ, ਚੌਂ ਵਰਨਾਂ ਦੇ ਹਿਸਾਬ ਨਾਲ ਹੈਗੇ ਨੇ। ਇਹ ਚਾਰ ਦਰਖਤ ਨਹੀਂ ਵੀ ਹਰ ਇੱਕ ਪਾਸਿਓਂ ਨਹੀਂ ਹੈ, ਪਾਸੇ ਤਾਂ ਕਿੰਨੇ ਰੁੱਖ, ਰੁੱਖ ਤਾਂ ਕਿੰਨੇ ਵੀ ਹੋ ਸਕਦੇ ਨੇ, ਹਜ਼ਾਰਾਂ ਰੁੱਖ ਹੋ ਸਕਦੇ ਨੇ, ਟੇਢਾ ਪੇਢਾ ਸਾਰਾ ਰੁੱਖ ਹੋ ਜਾਂਦੇ ਨੇ। ਇਹ ਚੌਂ ਵਰਨੋ ਕੋ ਇੱਕ ਉਪਦੇਸ਼ ਵਿੱਚ ਜਿਹੜਾ ਬੈਠਾ ਹੈਗਾ ਆਪਣੇ ਆਦਿ ਗ੍ਰੰਥ ਬੈਠਾ ਹੈਗਾ ਉਹ ਹੈਗਾ ਸਤਿਗੁਰੂ ਨਾਨਕ ਦੇਵ ਜੀ ਬੈਠੇ ਨੇ। ਜਿੱਦਾਂ ਰਾਮ ਰਾਜੇ 'ਚ ਦੱਸਿਆ ਨਾ, ਰਾਮ ਰਾਜੇ 'ਚ ਇੱਥੇ ਬੈਠੇ ਨਾ ਸਤਿਗੁਰੂ ਨਾਨਕ ਦੇਵ ਜੀ, ਅਤੇ ਆਹ ਚਾਰ ਦਰਵਾਜ਼ੇ ਨੇ। ਅਤੇ ਇਸ ਕਰਕੇ ਜਿਹੜੀ ਐਡਵਰਟ ਕੈਂਡਲ ਇਹ ਜਲਾਉਂਦੇ ਨੇ, ਇਹਦੇ 'ਚ ਇੱਕ ਵੱਡੀ ਮੋਟੀ ਬੱਤੀ ਹੁੰਦੀ ਗੱਭੇ ਰੱਖੀ ਹੋਈ, ਉਹ ਹੁੰਦੀ ਖਰਾਇਸ਼ ਦੀ, ਉਹ ਸਤਿਗੁਰੂ ਦੀ ਹੁੰਦੀ ਹੈਗੀ। ਚਾਰ ਜਿਹੜੀਆਂ ਕੋਨੇ 'ਤੇ ਰੱਖੀਆਂ ਹੁੰਦੀਆਂ ਨੇ ਚੌਂ ਵਰਨਾਂ ਦੇ ਮੁਤਾਬਿਕ, ਚਾਰ ਵਰਨੋਂ ਕੋ ਇੱਕ ਉਪਦੇਸ਼। ਅਤੇ ਇੱਕ ਮੈਂ ਵੀਡੀਓ ਪਾਇਆ ਹੈਗਾ ਇੰਗਲਿਸ਼ 'ਚ, ਅਤੇ ਹੁਣ ਪੰਜਾਬੀ 'ਚ ਮੁਤੋਂ ਦੱਸ ਚੱਲਿਆ, ਅਤੇ ਉਹਦਾ ਵੀ ਮੈਂ ਵਿੱਚ ਰੈਫਰੈਂਸ ਇੱਥੇ ਪਾਇਆ ਵਿੱਚ, ਉਹ ਵੀ ਦੇਖ ਲਿਆ ਜੇ। ਅਤੇ ਇਹ ਹੈਗਾ ਚੌਂ ਵਰਨੋਂ ਕੋ ਇੱਕ ਉਪਦੇਸ਼। ਕਲਯੁਗ ਵਿੱਚ ਇੱਕ ਹੋਰ ਵੀ ਚਾਰ ਹੀ ਤਖ਼ਤ ਹੈਗੇ ਨੇ, ਚਾਰ ਤਖ਼ਤ ਹੈਗੇ ਚੌਂ ਵਰਨਾਂ ਦੇ ਹਿਸਾਬ ਨਾਲ ਉਹਨਾਂ ਦਾ ਸੁਪਰਵੀਜ਼ਨ ਲਈ। ਜਿਹੜਾ ਹੈਗਾ ਪਹਿਲਾ ਹੈਗਾ ਵੈਸ਼ ਸ਼ੂਦਰ ਵਰਨ ਦਾ ਜਿਹੜਾ ਹੈਗਾ ਉਹ ਹਜ਼ੂਰ ਸਾਹਿਬ ਹੈਗਾ। ਜਦੋਂ ਸੇਵਾਦਾਰ ਨੂੰ ਆਵਾਜ਼ ਮਾਰੋ ਨਾ ਚਪੜਾਸੀ ਨੂੰ, ਉਹਨੂੰ ਕਹਿੰਦਾ ਹਜ਼ੂਰ ਆਇਆ, ਅਤੇ ਇਸ ਕਰਕੇ ਉਹਦਾ ਨਾਮ ਹਜ਼ੂਰ ਸਾਹਿਬ ਪਾਇਆ ਹੈ। ਇੱਥੇ ਸੀਗਾ ਆਪਣੇ ਜਿਹੜਾ ਬੰਦਾ ਬਹਾਦਰ ਸੀ ਨਾ, ਕਿ ਉੱਥੇ ਆਦਮੀ ਸਿੱਧਾ ਸਾਦਾ ਸੀਗੇ, ਉਹਨਾਂ 'ਚ ਚਮਕਿਆ ਹੋਇਆ ਸੀਗਾ, ਉਹਨਾਂ ਨੂੰ ਠੱਗ ਬਣਿਆ ਸੀ ਉੱਥੇ ਦਾ ਪ੍ਰਧਾਨ। ਅਤੇ ਇਸੇ ਕਰਕੇ ਸੱਚੇ ਪਾਤਸ਼ਾਹ ਗੋਬਿੰਦ ਸਿੰਘ ਜੀ ਇੱਥੇ ਆਏ ਸੀ, ਉਹ ਨਾਲੇ ਸੋਢੀ ਖੱਤਰੀ ਸੀਗਾ। ਸੋਢੀ ਖੱਤਰੀ ਜਿਹੜੇ ਸੀਗੇ ਇਹ ਰਾਜਪਾਲ ਦੇ ਨੇ, ਜਿੱਦਾਂ ਪ੍ਰਿਥੀ ਚੰਦ ਸੀਗਾ ਸੋਢੀ, ਉਹ ਸਤਿਗੁਰੂ ਨਾਨਕ ਦੇ ਅਰਜਨ ਦੇਵ ਜੀ ਨੂੰ ਕਹਿੰਦਾ ਸੀ ਵੀ ਇਹ ਛੋਟਾ ਮੁੰਡਾ ਹੈਗਾ, ਇਹਨੂੰ ਨਹੀਂ ਮਿਲਣੀ ਚਾਹੀਦੀ ਗੱਦੀ, ਮੈਂ ਵੱਡਾ, ਮੈਨੂੰ ਮਿਲਣੀ ਚਾਹੀਦੀ ਗੱਦੀ। ਅਤੇ ਉਹਨੇ ਫਿਰ ਕਈ ਤਰਲੇ ਕੀਤੇ, ਪਰ ਰੂਹਾਨੀ ਜਿਹੜੀ ਹੁੰਦੀ ਉੱਟੀ ਹੁੰਦੀ, ਛੋਟੇ ਨੂੰ ਮਿਲਦੀ ਹੈਗੀ, ਵੱਡੇ ਨੂੰ ਨਹੀਂ ਮਿਲਦੀ। ਅਤੇ ਇਸ ਕਰਕੇ ਇਹ ਜਿਹੜਾ ਸੀਗਾ ਆਪਣੇ ਸੋਢੀ ਖੱਤਰੀ ਸੀਗਾ ਇਹ ਬੰਦਾ ਬਹਾਦਰ, ਅਤੇ ਇਹ ਬੜਾ ਚਤੁਰ ਚਲਾਕ ਸੀਗਾ। ਜਦੋਂ ਉੱਥੇ ਗਿਆ ਸੀ ਤਾਂ ਉਹਨੇ ਮੰਜੇ 'ਤੇ ਕਾਫੀ ਉਹਨੇ ਜ਼ੋਰ ਲਾਇਆ ਵੀ ਉੱਡ ਕੇ ਤਾਂ ਥੱਲੇ ਹੋ ਜਾ, ਪਤਾ ਜੋ ਨਹੀਂ ਉੱਡਿਆ, ਫਿਰ ਉਹਨੂੰ ਹੋਸ਼ ਸੀਗੀ,
ਵੀ ਮੇਰੇ ਨਾਲ ਉਸਤਾਦ ਹੈਗਾ ਮੇਰਾ, ਤਦੇ ਹੱਥ ਜੋ ਵੀ ਖੜਾ ਹਜ਼ੂਰ ਜੀ ਮੈਂ ਤੁਹਾਡਾ ਆਦਮੀ ਬੰਦਾ। ਫਿਰ ਕਹਿੰਦੇ ਬੰਦਿਆਂ ਵਾਲੇ ਕੰਮ ਕਰ। ਫਿਰ ਉਹਨੂੰ ਅੰਮ੍ਰਿਤ ਛਕਾਇਆ, ਸਭ ਕੁਛ ਕੀਤਾ। ਉਹਨਾਂ ਨੂੰ ਪਤਾ ਸੀ ਵੀ ਇਹਨੇ ਇਹ ਕੁੱਤੇ ਦੀ ਪੂਛ ਹੁੰਦਾ ਮਨਮੁੱਖ, ਇਹਨੇ ਆ ਜਾਣਾ ਆਪਣੀ ਉਲਟੀ ਉਸੇ ਕਰਤੂਤਾਂ ਦੇ ਕੰਮ ਕੀਤਾ ਉਹਨੇ, ਜਿਹਦਾ ਬੱਚਾ ਤਾਂ ਚਲਾਕ ਹੁੰਦਾ ਗਾ ਆਪਣੇ ਜਿਹੜਾ ਹੋਵੇ ਮਨਮੁੱਖ ਆਪਣਾ ਜਦੋਂ ਕਰ ਲਿਆ ਤੇ ਬਾਅਦ ਜੇ ਆਪਣੇ ਆ ਗਿਆ ਦੂਜੀ ਵਿਆਹ ਕਰਾ ਲਿਆ ਤੇ ਬੱਚਾ ਹੋ ਗਿਆ ਯਾਨੀ ਗ੍ਰਿਸ਼ਤੀ ਬਣ ਗਿਆ। ਤੇ ਜਦੋਂ ਪੰਜ ਜਦੋਂ ਸਜਾਏ ਸੀਗੇ ਉਹਨਾਂ ਨੂੰ ਪੰਜਾਂ ਦੇ ਸਿਰ ਸਟੇਜ ਤੇ ਲਾਏ ਸੀ, ਇੱਕ ਦਾ ਸਿਰ ਤੇ ਦੂਜੇ ਦਾ ਧੜ ਕੀਤਾ ਸੀ, ਫਿਰ ਅੰਮ੍ਰਿਤ ਨਾਲ ਜੀਵਤ ਕੀਤਾ। ਜਦੋਂ ਅੰਮ੍ਰਿਤ ਨਾਲ ਜੀਵਤ ਹੋ ਗਿਆ ਤੇ ਉਹ ਕਿਹਦੇ ਘਰ ਜਾਊਗਾ? ਫਿਰ ਸਿਰ ਵਾਲੇ ਘਰ ਜਾਊਗਾ, ਇਹ ਧੜ ਵਾਲੇ ਦੇ ਜਾਊਗਾ, ਘਰ ਨਹੀਂ ਜਾ ਸਕਦਾ ਉਹ ਆਪਣੇ, ਉਹ ਗ੍ਰਿਸ਼ਤੀ ਨਹੀਂ ਹੁੰਦਾ ਖਾਲਸਾ। ਆਹ ਜਿਹੜੇ ਗ੍ਰਿਸ਼ਤੀ ਹੈਗੇ ਨਾ ਆਪਣੇ ਛਕਦੇ ਨੇ ਅੰਮ੍ਰਿਤ ਇੱਥੇ ਗੁਰਦੁਆਰਿਆਂ 'ਚ, ਗਧੇ ਖਾਲਸੇ ਨੇ, ਨਾਨਕ ਦੇ ਨਾਲ ਅਸਲ ਘਰ ਜੇ ਪਿੰਡ ਕ੍ਰਮ ਗ੍ਰੰਥ ਹੈ, ਇਹ ਸੁਪਰ ਡੋਂਕੀ ਹੈਗੇ ਨੇ, ਅਸਲ ਗਧੇ ਖਾਲਸੇ, ਇਹ ਗਧਿਆਂ ਵਾਲੇ ਕੰਮ ਕਰਦੇ ਨੇ। ਆਪਣੇ ਪਿਓ ਦਾ ਤਾਂ ਪਤਾ ਨਹੀਂ, ਤੇ ਪਾਰ ਬ੍ਰਹਮ ਨੂੰ ਕਿੱਦਾਂ ਪਤਾ, ਕਿੱਦਾਂ ਪਤਾ ਲੱਗ ਜੂਗਾ? ਤੇ ਇਸ ਕਰਕੇ ਚੌ ਵਰਨ, ਪਹਿਲਾ ਜਿਹੜਾ ਤਖ਼ਤ ਹੈਗਾ ਹਜ਼ੂਰ ਸਾਹਿਬ, ਉਹ ਹੈਗਾ ਸ਼ੂਦਰ ਵਰਨ ਲਈ, ਵੈਸ਼ ਹੁੰਦੇ ਨੇ ਯਾਨੀ ਤਜਾਰਤ, ਤਜਾਰਤਾਂ ਲਈ ਪੱਟਣ ਚਾਹੀਦਾ ਮੰਡੀ, ਪਟਨਾ ਸਾਹਿਬ ਜਿਹੜਾ ਹੈਗਾ ਉਹ ਹੈਗਾ ਆਪਣੇ ਵੈਸ਼ ਵਰਨ ਦਾ। ਤੇ ਕੇਸਗੜ੍ਹ ਜਿਹੜਾ ਹੈਗਾ ਉਹ ਹੈਗਾ ਅਨੰਦਪੁਰ ਸਾਹਿਬ, ਯਾਨੀ ਕਿ ਜਿੱਥੇ ਗੁਰਮੁਖ ਰਹਿੰਦੇ ਨੇ, ਤੇ ਉਹ ਹੈਗਾ ਕੇਸਗੜ੍ਹ ਹੈਗਾ ਆਪਣੇ ਕਸ਼ਤਰੀ ਵਰਨ ਦਾ। ਤੇ ਜਿਹੜਾ ਆਪਣੇ ਅੰਮ੍ਰਿਤਸਰ ਹੈਗਾ ਅਕਾਲ ਤਖ਼ਤ ਹੈਗਾ, ਇਹ ਹੈਗਾ ਬ੍ਰਾਹਮਣ ਵਰਨ ਦਾ। ਨਿਰਮਲ ਸੰਤ ਇਕੱਲੇ ਸੀ ਇੱਥੇ ਸੱਚੇ ਪਾਤਸ਼ਾਹ ਗੋਬਿੰਦ ਸਿੰਘ ਨੇ, ਜਾਓ ਆਪਣੇ ਤਖ਼ਤ 'ਤੇ ਬੈਠੋ। ਜਦੋਂ ਪਤਾ, ਜਦੋਂ ਸਤਿਗੁਰ ਤੇਗ ਬਹਾਦਰ ਜੀ ਆਏ, ਸੋਢੀ ਖੱਤਰੀਆਂ ਨੇ ਅੰਦਰ ਨਹੀਂ ਵੜਨ ਦਿੱਤਾ, ਕੁੰਡਾ ਨਹੀਂ ਖੋਲਿਆ, ਬਾਹਰੋਂ ਹੀ ਤੋੜ ਦਿੱਤੇ। ਉਹ ਕਹਿ ਗਏ ਸੀ ਅੰਮ੍ਰਿਤਸਰੀ ਅੰਦਰ ਸੜੀਏ। ਇਸੇ ਤਰ੍ਹਾਂ ਜਦੋਂ ਨਿਰਮਲ ਸੰਤ ਆਏ ਆਪਣੇ ਤਖ਼ਤ 'ਤੇ ਬੈਠਣ ਲਈ ਅਕਾਲ ਤਖ਼ਤ, ਖੱਤਰੀਆਂ ਨੇ ਥੱਲੇ ਮਾਰੇ ਚੱਕ ਕੇ ਤੇ ਉਹਨਾਂ ਨੇ ਬਾਹਰ ਡੇਰਾ ਲਾ ਲਿਆ ਅੰਮ੍ਰਿਤਸਰ। ਤੇ ਉਹ ਹੈਗਾ ਅਕਾਲ ਤਖ਼ਤ ਹੈਗਾ। ਤੇ ਇੱਕ ਜਿਹੜਾ ਜਦੋਂ ਤੁਸੀਂ ਸਿੱਖ ਕੌਮ ਬਣਾ ਲੈਂਦੇ, ਆਪਣੀ ਕੌਮ ਬਣਾ ਕੇ ਆਪਣੀ ਜੱਟ ਕੌਮ ਨੂੰ ਜਵਾਬ ਦੇ ਕੇ ਪੱਕੇ ਹਰਾਮੀ ਬਣ ਜਾਂਦੇ ਹਨ, ਇੱਦਾਂ ਮੁਸਲਮਾਨ ਕੌਮ ਬਣ ਕੇ ਤੇ ਪੱਕੇ ਹਰਾਮੀ, ਜਿੱਦਾਂ 1947 'ਚ ਇੱਕ ਦੂਜੇ ਨੂੰ ਵੱਢਿਆ ਜੀ ਨਾ, ਉਹ ਪੱਕੇ ਹਰਾਮੀਆਂ ਦਾ ਕੰਮ ਸੀਗਾ, ਉਹਦੇ ਸੀ ਲੱਛਣ। ਉਹਨਾਂ ਨੂੰ ਕਹਿੰਦੇ ਸ਼ੰਕਰ ਵਰਨੀਆਂ। ਉਹਨਾਂ ਲਈ ਤਖ਼ਤ ਹੈਗਾ ਇਹੋ ਦਮਦਮੀ ਟਕਸਾਲ, ਜਿੱਥੇ ਕਿ ਉਹ ਘੋਟਾ ਲਾ ਕੇ ਆਉਂਦੇ ਨੇ, ਜਿੱਦਾਂ ਕੁਰਾਨ ਪੜ੍ਹਦੇ ਨੇ ਮਦਰਸੇ ਜਾਂਦੇ, ਇੱਦਾਂ ਉਹ ਮਦਰਸਾ ਹੈਗਾ, ਬਾਣੀ ਦਾ ਘੋਟਾ ਫੇਰ ਕੇ ਭੇਜਦੇ ਉਹਨਾਂ ਨੂੰ। ਤੇ ਉਹ ਜਨੂਨੀ ਹੈਗੇ ਨੇ, ਪਿੰਡਰਾਂ ਵਾਲਾ ਉੱਥੋਂ ਨਿਕਲਿਆ ਸੀ ਨਾ, ਨਾ ਉਹ ਸਿੱਖ ਸੀ ਨਾ ਉਹ ਖਾਲਸਾ ਸੀਗਾ। ਸਿੱਖ ਹੁੰਦਾ ਸੇਵਾਦਾਰ, ਜਿੱਦਾਂ ਭਾਈ ਘਨੱਈਆ ਜੀ ਸੀਗੇ, ਤੇ ਖਾਲਸਾ ਹੁੰਦਾ ਉਹ ਲੜਨ ਵਾਲਾ ਹੁੰਦਾ, ਉਹਦਾ ਕਰੂਰਾ ਨਹੀਂ ਰਹਿੰਦਾ ਸਿੱਖ ਤੇ ਖਾਲਸੇ ਦਾ। ਜਿਹੜੀ ਚੀਜ਼ ਸਿੱਖ ਨੇ ਕਰਨੀ ਖਾਲਸੇ ਨੇ ਉਲਟ ਕਰਨੀ ਹੈਗੀ, ਜਿਹੜੀ ਚੀਜ਼ ਹਿੰਦੂ ਨੇ ਕਰਨੀ ਸਿੱਖ ਨੇ ਉਲਟ ਕਰਨੀ ਹੈਗੀ, ਇਹਨੂੰ ਕਹਿੰਦੇ ਉਲਟੀ ਪਈ। ਹਿੰਦੂ ਦਾ ਹੈਗਾ ਜੇ ਕੋਈ ਚਪੇੜ ਮਾਰੇ ਉਹਨੇ ਦੋ ਤੁਹਾਡੇ ਜੜਨੀਆਂ ਨੇ, ਸਿੱਖ ਦਾ ਹੈਗਾ ਜੇ ਉਹਦੇ ਚਪੇੜ ਮਾਰੇ ਉਹਨੇ ਦੂਜੀ ਗੱਲ ਕਰਨੀ ਹੈਗੀ। ਇਸੇ ਕਰਕੇ ਤੀਜਾ ਪੰਥ ਜਿਹੜਾ ਸੀ ਖਾਲਸਾ, ਉਹਨਾਂ ਨੇ ਕਿਰਪਾਨ ਉਲਟਾ, ਸਿੱਖ ਨਾਲ ਉਲਟਾ, ਉਹਨਾਂ ਨੇ ਕਿਰਪਾਨ ਬੋੜੀ ਹੈਗੀ। ਤੇ ਜਿਹੜੇ ਸਿੱਖ ਹੈਗੇ ਨੇ ਉਹ ਭਗਤੀ ਮਾਰਗ ਦੇ, ਉਹਨਾਂ ਨੇ ਜੇ ਕੋਈ ਚਪੇੜ ਮਾਰੇ ਤਾਂ ਦੂਜੀ ਗੱਲ ਕਰਨੀ ਹੈਗੀ, ਉਹਨਾਂ ਨੂੰ ਕੋਈ ਦੁਸ਼ਮਣ ਨਜ਼ਰ ਨਹੀਂ ਆਉਂਦਾ, ਉਹਦੀ ਜੋਤ ਨਜ਼ਰ ਆਉਂਦੀ ਹਰ ਇੱਕ। ਇਸ ਕਰਕੇ ਭਾਈ ਘਨੱਈਆ ਨੂੰ ਹਰ ਇੱਕ ਉਹਦੀ ਜੋਤ ਨਜ਼ਰ ਆਉਂਦੀ ਸੀ, ਉਹ ਬਗੈਰ ਵਿਤਕਰੇ ਤੇ ਸਾਰਿਆਂ ਨੂੰ ਮਲਮ ਪੱਟੀ ਤੇ ਪਾਣੀ ਪਿਲਾਉਂਦੇ ਸੀਗੇ। ਤੇ ਖਾਲਸਾ ਜਿਹੜਾ ਸੀਗਾ ਉਹ ਔਖਾ ਸੀ, ਦੇਖੋ ਸੀ ਇਹਨਾਂ ਨੂੰ ਮਾਰਨਿਆਂ ਜੇ ਇਹ ਪਾਣੀ ਪਿਲਾਈ ਜਾਂਦਾ, ਮਲਮ ਪੱਟੀਆਂ ਕਰਦਾ ਹੈਗਾ। ਕਦੇ ਸ਼ਿਕਾਇਤ ਕੀਤੀ ਸੀ ਨਾ ਸੱਚੇ ਪਾਤਸ਼ਾਹ ਗੋਬਿੰਦ ਸਿੰਘ ਜੀ, ਉਹਨਾਂ ਨੇ ਫਿਰ ਉਹਨੂੰ ਮਲਮ ਪੱਟੀ ਦਿੱਤੀ, ਸਭ ਕੁਝ ਦਿੱਤਾ ਵੀ ਲੈ ਆਪਣਾ ਕੰਮ ਕਰ ਤੂੰ। ਤੇ ਇਹ ਜਿਹੜੀ ਬਾਣੀ ਹੈਗੀ ਜਾਂ ਹੈਗੀ ਸੁਰਤੀ ਉਪਦੇਸ਼ ਹੈਗੀ, ਬਾਹਰੇ ਲੋਕਾਂ ਨੂੰ ਇਹ ਵੀ ਨਹੀਂ ਪਤਾ ਸਿੱਖ ਤੇ ਖਾਲਸੇ 'ਚ ਕੀ ਫਰਕ ਹੈਗਾ। ਨਾਨਕ ਨੂੰ ਉਹ ਗੁਰੂ ਕਹੀ ਜਾਂਦੇ ਨੇ, ਨਾਨਕ ਗੁਰੂ ਹੁੰਦਾ ਮਾਤਾ ਪਿਤਾ ਦੇ ਪੰਡਿਤ ਜਿਹੜਾ ਮੋਰਲ ਸ਼ਿਕਸ਼ਾ ਦੇਵੇ,
ਸਤ ਨਾਨਕ ਜਿਹੜਾ ਸੀ ਉਹਨੇ ਮਨ ਨੂੰ ਸਿੱਖਿਆ ਦੀ, ਜਿਹੜਾ ਮਨ ਨੂੰ ਦੇਵੇ ਉਹਨੂੰ ਕਹੀਦਾ ਸਤਿਗੁਰੂ, ਉਹ ਸਤਿਗੁਰੂ ਸੀਗੇ। ਵਾਲਿਆਂ ਨੂੰ ਇਹ ਨਹੀਂ ਪਤਾ ਨਾਨਕ ਨੂੰ ਸੱਚ ਕੌਣ ਸੀ, ਗੁਰੂ ਸੀ ਕਿ ਸਤਿਗੁਰੂ ਸੀਗਾ। ਅਤੇ ਬਾਕੀ ਹੁੰਦੇ ਛੇ ਹੋਏ ਨੇ ਸਤਿਗੁਰੂ ਅਤੇ ਚਾਰ ਹੋਏ ਨੇ ਸੱਚੇ ਪਾਤਸ਼ਾਹ। ਉਹਦਾ ਆਹ ਹੈਗਾ ਸਾਰਿਆਂ ਦਾ, ਇਹ ਮੇਰਾ ਟੀ ਸ਼ਰਟ ਦਾ ਡਿਜ਼ਾਇਨ ਹੈਗਾ। ਅਤੇ ਲੋਕੀ ਉਹਦਾ ਦੇਖ ਕੇ ਹੱਸਦੇ ਤਾਂ ਹੋਣੇ ਨੇ ਵੀ ਐਡਾ ਵੱਡਾ ਲਾਇਆ ਆ, ਪਰ ਇਹ 'ਚ ਸਾਰੀ ਹੈਗਾ ਵੀ ਕੀ ਸੀਗਾ ਉਹਨਾਂ ਦੀ। ਅਤੇ ਛੇ ਸਤਿਗੁਰੂ ਅਤੇ ਚਾਰ ਸੱਚੇ ਪਾਤਸ਼ਾਹ, ਅਤੇ ਇਹ ਜਿਹੜਾ ਦਮਦਮੀ ਟਕਸਾਲ ਹੈਗੀ, ਇਹ ਪੰਜਵਾਂ ਤਖ਼ਤ ਜਿਹੜਾ ਬਣਾਇਆ ਇਹਨਾਂ ਨੇ, ਇਹ ਸ਼ੰਕਰ ਵਰਨੀਆਂ ਦਾ ਹੈਗਾ। ਸ਼ੰਕਰ ਵਰਨੀਆਂ ਯਾਨੀ ਪੱਕੇ ਹਰਾਮੀ, ਜਿਹਨਾਂ ਨੂੰ ਅਲਜਮਾਰ ਅਲ ਅਕਸਾ ਦੇ ਕਹਿੰਦੇ ਨੇ। ਇਸ ਕਰਕੇ ਭਿੰਡਰਾਂ ਵਾਲਾ ਨਾਂ ਸਿੱਖ ਸੀਗਾ, ਕਿਰਪਾਨ ਚੱਕੀ ਵਿਰਦਾ ਜੀ ਭਾਈ ਘਨੱਈਏ ਨਾਲ ਦਾ, ਉਹਦੀ ਇੱਕ ਵੀ ਨਹੀਂ ਰਲਦੀ ਸੀ ਨਾਲ ਭਾਈ ਘਨੱਈਆ, ਉਹ ਕਿਰਪਾਨ ਚੱਕੀ ਫਿਰਦਾ ਸੀ, ਉਹਦਾ ਪਾਣੀ ਪਿਲਾਉਂਦਾ ਸੀਗਾ। ਅਤੇ ਦੂਜਾ ਹੈਗਾ ਜਿਹੜਾ ਕੰਪਲੈਕਸ ਹੈਗਾ ਹਰਿਮੰਦਰ ਸਾਹਿਬ, ਇਸ ਸਿੱਖ ਭਗਤਨ ਅਤੇ ਨਿਰਮਲੇ ਸੰਤਨ ਲਈ ਹੈਗਾ, ਪਾਰਬ੍ਰਹਮ ਦੇ ਗੁਣ ਗਾਉਣ ਲਈ। ਅਤੇ ਅਕਾਲ ਤਖ਼ਤ ਹੈਗਾ ਨਿਰਮਲੇ ਸੰਤਾਂ ਦਾ, ਉੱਥੇ ਬੈਠੇ ਬਾਂਦਰ ਬਨਾਰ ਦੀਆਂ ਟੋਪੀਆਂ ਪਾ ਕੇ, ਜਿਹਨਾਂ ਕੋਲ ਪਤਾ ਨਹੀਂ ਵੀ ਸਿੱਖ ਅਤੇ ਖਾਲਸੇ 'ਚ ਕੀ ਫਰਕ ਹੈਗਾ। ਇਸ ਕਰਕੇ ਜਾਗੋ ਜਿਹੜੀ ਸਿੱਖੀ ਹੈਗੀ ਉਹ ਬਿਲਕੁਲ ਡਿਫਰੈਂਟ ਹੈਗੀ, ਅਤੇ ਜਿਹੜਾ ਜਾਗਿਆ ਹੈਗਾ ਉਹ ਹੀ ਪਾਏਗਾ, ਜਿਹੜਾ ਸੁੱਤਾ ਹੈਗਾ ਨਾ ਉਹ ਖੋਏਗਾ। ਮੈਂ ਭਗਤ ਕਬੀਰ ਜੀ ਦੇ ਪਾਈ ਜੀ ਨਾਲ ਥੋੜ੍ਹਾ, ਇੱਕ ਚੋਰ ਨਰੋਈ ਆਏਗਾ, ਉਹ ਚੋਰ ਨਰੋਈ ਫਿਰਦਾ ਹੈਗਾ ਅੱਜਕੱਲ੍ਹ, ਉਹਨੂੰ ਉਹਦੇ ਤੋਂ ਬਚਣ ਲਈ ਤੁਹਾਨੂੰ ਨਾਮ ਦਾ ਚਾਹੀਦਾ ਚੋਲਾ। ਨਾਮ ਦਾ ਚੋਲਾ ਪਾਓਗੇ ਤਦ ਉਹ ਚੋਰ ਪਕੜੋਗੇ ਤੁਸੀਂ, ਨਹੀਂ ਤਾਂ ਚੋਰ ਨਹੀਂ ਪਕੜ ਹੁੰਦਾ ਉਹ। ਅਤੇ ਇਹ ਹੈਗੀ ਵਿਆਖਿਆ, ਚਾਰ ਜਿਹੜੇ ਹੈਗੇ ਨੇ ਦਰਵਾਜ਼ੇ ਹਰਿਮੰਦਰ ਦੇ, ਚੌਂ ਵਰਨੋ ਇੱਕ ਉਪਦੇਸ਼, ਚੌਂ ਵਰਨਾਂ ਦੇ ਮੁਤਾਬਿਕ ਹੈਗਾ। ਅਤੇ ਚਾਰ ਹੀ ਤਖ਼ਤ ਹੁੰਦੇ ਨੇ, ਪੰਜਵਾਂ ਤਖ਼ਤ ਜਿਹੜਾ ਇਹ ਸ਼ੰਕਰ ਵਰਨੀਆਂ ਦਾ ਹੈਗਾ, ਇਹ ਜਨੂਨੀਆਂ ਦਾ ਹੈਗਾ, ਹਰਾਮੀਆਂ ਦਾ ਹੈਗਾ। ਅਤੇ ਇਸ ਕਰਕੇ 1947 'ਚ ਅਤੇ 1984 'ਚ ਇਹਨਾਂ ਨੇ ਉਹ ਹਰਾਮੀਆਂ ਲਈ ਕੰਮ ਹੀ ਕੀਤੇ ਸੀ ਨਾ। ਅਤੇ ਬਾਕੀ ਜਿਹੜੇ ਖੱਤਰੀ ਹੈਗੇ ਨੇ, ਚਤਰ ਚਲਾਕ ਹੈਗੇ ਨੇ, ਸਭ ਕੁਛ ਜਾਣਦੇ ਨੇ, ਪਰ ਇਹ ਕਹਿੰਦੇ ਵੀ ਇਹਨਾਂ ਨੂੰ ਮਰਨ ਦਿਓ। ਯਾਨੀ ਦੂਜੀ ਇਹ ਵੀ ਗੱਲ ਹੈਗੀ, ਜਿਹੜਾ ਆਦਮੀ ਪੈਸੇ ਬਗਰ ਪੈ ਜਾ ਨਾ, ਉਹਨੂੰ ਪਾਰਬ੍ਰਹਮ ਨਾਮ ਨਹੀਂ ਦਿੰਦਾ। ਜੇ ਨਾਮ ਨਾ ਦੇਵੇ ਤਾਂ ਉਹ ਅੰਨਾ ਹੁੰਦਾ ਹੈਗਾ, ਮਨ ਦਾ ਅੰਨਾ ਹੁੰਦਾ ਹੈਗਾ। ਸਤਿਗੁਰ ਅਮਰਦੇਵ ਜੀ ਜਿਹੜੇ ਸੀਗੇ, ਉਹਨਾਂ ਨੇ ਦੁੱਧ ਦਾ ਭੰਨੀ, ਯਾਨੀ ਕਿ ਉਹਨਾਂ ਨੇ ਕਿਹਾ ਹੁਣ ਤੁਹਾਨੂੰ ਸੁਰਤੀ ਆਈ ਹੈਗੀ, ਹੁਣ ਤੁਸੀਂ ਪਾਰਬ੍ਰਹਮ ਦੀ ਮਾਇਆ ਲੁੱਟੋ, ਹੁਣ ਮਾਇਆ ਵੱਲ ਨਾ ਲਵੋ। ਉੱਧਰ ਪ੍ਰਿਥੀ ਜਨ ਜਿੰਨਾ ਸੀਗਾ, ਅਤੇ ਉਹਨਾਂ ਨੂੰ ਉੱਥੋਂ ਹਟਾਇਆ ਦੁੱਧ ਦਾ ਭੰਨੀ, ਅਤੇ ਉੱਧਰ ਲਾਇਆ ਉਹਨਾਂ ਨੂੰ ਵੀ ਅਕਾਲ ਪੁਰਖ ਦੀ ਮਾਇਆ ਨੂੰ ਲੁੱਟੋ। ਇਹ ਸਭ ਚੀਜ਼ਾਂ ਜਿਹੜੀਆਂ ਮੇਰੀ ਉੱਥੇ ਵਿੱਚ ਹੈਗੀ ਥੱਲੇ ਟ੍ਰਿਨਿਟੀ, ਉਹਦੇ 'ਚ ਮੈਂ ਦਿੱਤੀਆਂ ਹੋਈਆਂ ਨੇ। ਅਤੇ ਉਹ ਕੁਛ ਕੁਛ ਸਿੱਖੋਗੇ, ਅਤੇ ਲੋਕ ਜਿਹੜੇ ਹੈਗੇ ਨੇ ਯੂਰਪ ਵਿੱਚ ਹੈਗੇ, ਉੱਥੇ ਜਾ ਕੇ ਚਰਚਾਂ 'ਚ ਜਾਓ ਉਹਨਾਂ ਦੇ। ਮੈਂ ਕ੍ਰਿਸਚੈਨਿਟੀ ਦਾ ਪ੍ਰਚਾਰ ਕਰਦਾ, ਮੈਂ ਕ੍ਰਿਸਚੀਅਨ ਨਹੀਂ ਹੈਗਾ। ਕ੍ਰਿਸਚੀਅਨ ਹੁੰਦੇ ਪੀਪਲ ਆਫ ਦੀ ਬੁੱਕ, ਕਿਤਾਬੀ ਕੀੜੇ, ਉਹਨਾਂ ਨੂੰ ਜਿਹੜੀ ਥੱਲੇ ਹੈਗੇ ਨਾ ਟ੍ਰੇਜਰ, ਉਹ ਸਮਝਾਓ। ਜਿਹਦੇ ਕਹਿੰਦਾ ਦੇਸੀ ਮੈਂ ਨਾ ਅੱਖਰ ਦੇਖਦੇ ਨੇ ਲਿਖਿਆ ਕੀ ਹੋਇਆ, ਬਟ ਦੇ ਡੂ ਨਾਟ ਪਰਸੀਵ ਹੁੰਦਾ ਉਹਦੀ ਵੀ ਜੜ ਜਿਹੜੀ ਹੈਗੀ, ਵੀ ਇਹ ਅੱਖਰ ਜਿਹੜੀ ਹੈਗੀ ਇਹਦਾ ਜਿਹੜਾ ਤੱਤ ਮੋਲ ਕੀ ਹੈਗਾ, ਇਹਦਾ ਗੋਸਪਲ ਕੀ ਹੈਗਾ ਵਿੱਚ ਲੁਕਿਆ ਹੋਇਆ, ਉਹ ਕੱਢਣਾ ਤੁਸੀਂ। ਇਹ ਜਿਹੜਾ ਲਿਖਿਆ ਹੁੰਦਾ ਜਿਹੜੀ ਸਕ੍ਰਿਪਚਰ, ਇਹ ਟ੍ਰੀ ਹੈਗਾ, ਇੱਕ ਦਰਖਤ ਹੈਗਾ, ਉਹ ਤੁਹਾਨੂੰ ਦੋਖਾਂ ਨਾਲ ਨਜ਼ਰ ਆਏਗਾ, ਉਹਦੀ ਜੜ ਨਹੀਂ ਨਾ ਨਜ਼ਰ ਆਉਂਦੀ। ਉਹ ਜੜ ਜਿਹੜੀ ਹੈਗੀ ਉਹ ਟਾਪ ਰੂਟ ਉਹ ਹੈਗਾ ਨਾਮ, ਹਿਜ ਵਰਡ। ਜੇ ਉਹ ਟਾਪ ਰੂਟ ਬਾਰੇ ਸਮਝ ਆ ਜਾਵੇ ਤੁਹਾਨੂੰ, ਫਿਰ ਪਤਾ ਲੱਗ ਜਾਂਦਾ ਵੀ ਇਹ ਕਿੱਥੇ ਖੜਾ ਜਿਹੜਾ ਦਰਖਤ ਹੈਗਾ, ਵੀ ਇਹਨੂੰ ਕੀ ਚਾਹੀਦੀ ਹੈਗੀ ਚੀਜ਼। ਉਹ ਹਰਾ ਭਰਾ ਦਰਖਤ ਹੁੰਦਾ, ਜਿਹਦੀ ਟਾਪ ਰੂਟ ਜਿਹਦੀ ਸੁੱਕੀ ਹੋਵੇ ਉਹ ਹੁੰਦਾ ਮਰਿਆ ਹੋਇਆ ਟ੍ਰੀ। ਯਾਨੀ ਕਿ ਜਿਹੜੇ ਪੰਡਿਤ ਪੁੰਡਿਤ ਨੇ ਮਰੇ ਹੋਏ ਹੈਗੇ ਨੇ, ਵੇਦ ਮੰਤਰ ਪੜ੍ਹੀ ਜਾਂਦੇ, ਉਹਨਾਂ ਨੂੰ ਆਉਂਦਾ ਜਾਂਦਾ ਕੱਖ ਨਹੀਂ ਹੈਗਾ। ਇਹ ਜਿਹੜੇ ਜਿਹਨਾਂ ਦਾ ਇਮਤਿਹਾਨ ਲੈਣਾ, ਇਹਨਾਂ ਨੂੰ ਪੁੱਛੋ ਵੀ ਜਿਹੜਾ ਸੀਗਾ ਆਪਣੇ ਗਣੇਸ਼, ਇਹਦਾ ਨੱਕ ਕਿਉਂ ਵੱਡਾ ਹੈਗਾ,
ਹੈਗੇ ਨਾ ਮੇਰੀ ਕਿਤਾਬ ਇਹਦੇ 'ਚ ਫੋਟੋ ਪਾਈ ਮੈਂ ਗਣੇਸ਼ ਦੀ ਇਹਦਾ ਨੱਕ ਕਿਉਂ ਵੱਡਾ ਹੈਗਾ ਹਾਥੀ ਦਾ ਕਿਉਂ ਲਾਇਆ ਨੱਕ ਇਹ ਗਣੇਸ਼ ਮਾਈ ਥਾਲੋ ਹੀ ਹੈਗੀ ਨਾ ਇਹਦਾ ਹੈਗਾ ਵੀ ਜਦੋਂ ਕੋਈ ਆਦਮੀ ਸ਼ੁਭ ਕਰਮ ਕਰਨ ਜਾਂਦਾ ਤੇ ਉਹ ਫਿਰ ਧਾਰਮਿਕ ਇਹਦੇ ਹਿਸਾਬ ਨਾਲ ਤੁਸੀਂ ਏਦਾਂ ਦਾ ਕੰਮ ਨਾ ਕਰਿਆ ਜੇ ਜਿਹੜੇ ਨਾਲ ਤੁਹਾਡਾ ਖਾਨਦਾਨ ਦਾ ਨੱਕ ਕੱਟਿਆ ਜਾਵੇ ਤੁਹਾਡੇ ਨੱਕ ਦੀ ਯਾਦ ਕਰਵਾਉਣ ਲਈ ਮੇਰਾ ਤਾਂ ਨੱਕ ਉਹਦਾ ਹੀ ਵੱਡਾ ਨੱਕ ਦੀ ਯਾਦ ਕਰਵਾਉਣ ਲਈ ਤੁਹਾਨੂੰ ਹਾਥੀ ਦਾ ਨੱਕ ਦਿਖਾ ਲਿਆ ਗਾ ਵੀ ਦੇਖੀ ਕਿਤੇ ਨੱਕ ਨਾ ਆਪਣਾ ਭੁੱਲ ਜਾਏ ਉਹਦੀ ਤੂੰ ਮਾਣ ਰੱਖੀ ਉਹਦਾ ਇਸ ਕਰਕੇ ਹੈਗਾ ਇਹ ਜਿਹੜਾ ਨੱਕ ਗਣੇਸ਼ ਦੀ ਪੂਜਾ ਕਰਦੇ ਨੇ ਜਾਣ ਤੋਂ ਪਹਿਲਾਂ ਸ਼ਰਮ ਸ਼ਰਮ ਹੈਗੀ ਨਾ ਸ਼ਰਮ ਦਾ ਦੇਵਤਾ ਹੈਗਾ ਨਾ ਇਹ ਸ਼ਰਮ ਧਰਮ ਦੋ ਛੱਤ ਖਲੋਏ ਕੂਦ ਫਿਰੇ ਪ੍ਰਧਾਨ ਫਿਰ ਲਾ ਲਓ ਤੇ ਜਿੱਥੇ ਹੈਗਾ ਸਾਊਥ ਇੰਡੀਆ 'ਚ ਸ਼ਰਮ ਹੈਗੀ ਉੱਥੇ ਧਰਮ ਹੈਗਾ ਉੱਥੇ ਕੋਈ ਸਤਿਗੁਰੂ ਨਹੀਂ ਆਇਆ ਉੱਥੇ ਭਗਤ ਨਹੀਂ ਆਇਆ ਕੋਈ ਵੀ ਥੋਮਸ ਆਇਆ ਸੀ ਉਹ ਪ੍ਰਚਾਰ ਕਰਕੇ ਚਲਾ ਗਿਆ ਸਾਰੀਆਂ ਜਿਹੜੀਆਂ ਹੈਗੀਆਂ ਮੈਂ ਵਜ੍ਹਾ ਹੈਗੀਆਂ ਮੈਂ ਦੱਸ ਸਕਦਾ ਹੈਗਾ ਜੇ ਕਿਸੇ ਨੂੰ ਚਾਹ ਹੋਵੇ ਤਾਂ ਅੱਗੇ ਤੁਹਾਡੀ ਮਰਜ਼ੀ